अस्सलामुअलैकुम नाज़रीन, मैं हूं आपका होस्ट साकिब मुनीर और आज हम आपको एक ऐसे लेजेंड स्टार जो हमारे स्पोर्ट्स के जर्नलिस्ट हैं इंडिया के, इनकी मेरी मुलाकात हुई है आज 2005 में हुई थी इनकी आखिरी मुलाकात मेरे साथ और आज तकरीबन 17 साल बाद इनकी मेरी मुलाकात हुई है और बड़ी खुशी हुई है इनके साथ मिलके। इन्होंने भी बड़े अच्छे तरीके से, क्योंकि उस वक्त ये आज तक मेरी रिपोर्टिंग में थे और अब ये बड़े और जो सही सीनियर जर्नलिस्ट स्पोर्ट्स के हैं, इनका एक बड़ा नाम है इसमें, तो इनसे थोड़ी गपशप करते हैं। मैं तो बहुत जूनियर हूँ इनका, पता नहीं कोई सवाल गलत हो जाए तो पहले ही माफ़ी दे देना मैं, क्योंकि मैं इन्होंने लेवल का नहीं आते स्टार ने, और मैं इनको बड़ा लाइक करता हूँ और बड़ा इन्होंने हमारी बड़ी सपोर्ट की थी इंडिया में भी 2005 में जब इंडिया की पाकिस्तान की टीम इंडिया गई थी। अस्सलाम वालेकुम भाजी। अस्सलाम वालेकुम जी। मैं जो जवाब गलत हो जाए तो भी उन्होंने माफ़ कर देना। नहीं असी ਤੁਹਾਡਾ जो भी है ਤੁਹਾਡਾ ਜਿਹੜਾ ਛੱਕਾ ਹੈ ਨਾ यार, पर एक चल मैं गल है ਤੁਹਾਡਾ जो है यूट्यूब चैनल है यार, वो वीडियो तो बड़ा वायरल ਹੋਇਆ ਸੀ ਉਹ अंग्रेजी वाला ट्रायंगल समोसा, वो ਹੋਇਆ ਕੀ ਸੀ ਉਹ? ਉਹ अच्छा वो मैं ਤੁਹਾਨੂੰ स्टोरी ਦੱਸਣਾ, ਉਹ ਐ ਹੋਇਆ ਕਿ ਮੈਂ ਨਾ ਉਸ ਲੜਕੀ ਨੂੰ, ਮੈਂ ਕਿਹਾ ਮੈਂ ਥੋੜਾ ਜਿਹਾ ਨਾ ਤੇਰੇ ਨਾਲ ਫਨੀ ਕਰਨਾ ਹੈ, ਕਿਉਂਕਿ ਜਿਹੜੀ ਸਪੋਰਟਸ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਹੁਣ ਕ੍ਰਿਕਟ ਸ਼ਾਇਕੀਨ ਜਿਹੜੇ ਨੇ ਥੋੜਾ ਉਹ ਹਾਸਾ ਵੀ ਮੰਗਦੇ ਨੇ। ਸਹੀ ਗੱਲ ਹੈ। ਤੇ ਮੈਂ ਕਿਹਾ ਥੋੜੀ ਜਿਹੀ ਨਾ ਇੰਗਲਿਸ਼ ਜਿੰਨੀ ਕੁ ਆਉਂਦੀ ਸੀ ਮੈਂ ਤੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ, ਤੇ ਉਹਨੂੰ ਮੈਂ ਕਿਹਾ ਤਾਜ਼ੀਫ ਕਿ ਭਾਈ ਮੈਨੂੰ ਇੰਨੀ ਇੰਗਲਿਸ਼ ਨਹੀਂ ਆਉਂਦੀ, ਤੇ ਉਹਨੇ ਕਿਹਾ ਕੋਈ ਗੱਲ ਨਹੀਂ ਮੈਨੂੰ ਉਰਦੂ ਨਹੀਂ ਆਉਂਦੀ, ਕੋਈ ਐਸੀ ਪ੍ਰੋਬਲਮ ਨਹੀਂ ਹੈਗੀ, ਐ ਸਿਰਫ ਇੱਕ ਲੈਂਗੁਏਜ ਹੈ, ਜੇ ਤੈਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਰਦੂ ਮੈਨੂੰ ਵੀ ਨਹੀਂ ਆਉਂਦੀ, ਤੇ ਇਹ ਉਹਦਾ ਸਟੋਰੀ ਹੋਈ ਤੇ ਫਿਰ ਮੇਰੇ ਕੋਲ ਜਿਹੜੀ ਵੀ ਟੁੱਟੀ ਬੁੱਟੀ ਉਹਨੂੰ ਇੱਕ ਸਮੋਸਾ ਕਹਿਣਾ ਸੀ ਉਹਦਾ, ਮੈਂ ਕਿਹਾ ਉਹਨਾਂ ਨੂੰ ਸਮੋਸਾ ਕਿਹਾ ਤੈਨੂੰ ਸਮਝ ਨਹੀਂ ਲੱਗਦੀ। ਹੁਣ ਮੈਂ ਨਾ ਉਹਨੂੰ ਸਰਚ ਕੀਤਾ, ਮੈਂ ਕਿਹਾ ਕੀ ਫੂਡ ਬਣਦਾ, ਮੇਰੇ ਜ਼ਿਹਨ 'ਚ ਆਇਆ ਟ੍ਰਾਇੰਗਲ ਫੂਡ, ਅਤੇ ਉਹ ਸਮਝ ਵੀ ਗਈ ਇਸ ਚੀਜ਼ ਨੂੰ ਨਾ, ਅਤੇ ਉਹਨੇ ਕਿਹਾ ਕਿ ਮੈਂ ਕਿਹਾ ਕਿ ਉਹ ਜ਼ਰਾ ਬਾਰਿਸ਼ ਬੁਰਿਸ਼ ਦਾ ਮੌਸਮ ਹੁੰਦਾ, ਤੁਹਾਨੂੰ ਪਤਾ ਜਦੋਂ ਉੱਥੇ ਬਰਸਾਤ ਬਰਸੂਤ ਬਾਰਿਸ਼, ਇੰਡੀਆ ਪਾਕਿਸਤਾਨ ਦਾ ਤਾਂ ਕਲਚਰ ਇੱਕੋ ਹੀ ਹੈ ਕਿ ਮਤਲਬ ਸਮੋਸੇ ਪਕੌੜੇ, ਬਾਰਿਸ਼ ਸ਼ੁਰੂ ਹੋ ਗਈ ਚਾਹ ਬਣਾਓ ਅਤੇ ਯੇ ਵੋ, ਅਤੇ ਮੈਂ ਕਿਹਾ ਉੱਥੇ ਵੀ ਕੋਈ ਇੰਝ ਦਾ ਨਿਜ਼ਾਮ ਹੈ ਕਿ ਉੱਥੇ? ਕਹਿੰਦੀ ਨਹੀਂ ਨਹੀਂ ਸਾਡੇ ਉੱਥੇ ਬੰਦੇ ਬੁੰਦੇ ਬਣਾਉਂਦੇ ਨੇ ਚਾਹ, ਅਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਅਤੇ ਬਾਕੀ ਵੀਡੀਓ ਦੀ ਮੈਨੂੰ ਦੱਸੋ, ਚਲੋ ਤੁਸੀਂ ਕਰਨ ਵਾਲੇ ਬੰਦੇ ਨੂੰ ਨਹੀਂ ਪਤਾ ਚੱਲਦਾ, ਦੇਖਣ ਵਾਲੇ ਬੰਦੇ ਹਿਸਾਬ ਸਿਰ ਉਸ ਵੀਡੀਓ 'ਚ ਸਭ ਤੋਂ ਵੱਡੀ ਕੁਆਲਿਟੀ ਕੀ ਹੋਏਗੀ ਮੈਨੂੰ ਦੱਸੋ, ਚਲੋ ਗੈਸ ਮਾਰੋ ਤੁਸੀਂ। ਇਹ ਤਾਂ ਹੁਣ ਤੁਸੀਂ ਦੱਸ ਦਿਓ, ਮੈਂ ਤਾਂ ਕਰਨ ਵਾਲਾ ਵਾਂ, ਮੈਂ ਤਾਂ ਕਹਾਂਗਾ ਪਹਿਲੇ ਤਾਂ ਮੈਂ ਬੜਾ, ਤੁਹਾਡੀ ਇਮਾਨਦਾਰੀ ਤੁਹਾਡੀ ਓਨੈਸਟੀ, ਜਿਹੜਾ ਇਨਸਾਨ, ਮੈਂ ਇੱਕ ਚੀਜ਼ ਦੇਖੀ ਹੈ ਜ਼ਿੰਦਗੀ 'ਚ, ਅਸੀਂ ਲੋਕ ਨਾ ਆਪਣੇ ਆਪ ਨੂੰ ਬੜਾ ਸੀਰੀਅਸਲੀ ਲੈਂਦੇ ਹਾਂ, ਕੋਈ ਕਹੇਗਾ ਮੈਂ ਬਹੁਤ ਵੱਡਾ ਪਲੇਅਰ ਹੈ, ਕੋਈ ਕਹੇਗਾ ਮੈਂ ਬੜਾ ਵੱਡਾ ਪੋਲੀਟੀਸ਼ੀਅਨ ਹੈ, ਕੋਈ ਕਹਿੰਦਾ ਮੈਂ ਬੜਾ ਵੱਡਾ ਸਾਫੀ ਹਾਂ। ਯਾਰ ਅਸੀਂ ਲੋਕ ਨਾ ਜਦੋਂ ਆਪਣੇ ਆਪ ਨੂੰ ਸੀਰੀਅਸਲੀ ਲੈਣਾ ਬੰਦ ਕਰ ਦਿੰਦੇ ਹਾਂ ਨਾ, ਜ਼ਿੰਦਗੀ ਨੂੰ ਅਸੀਂ ਇੰਜੋਏ ਕਰਦੇ ਹਾਂ, ਅਤੇ ਜੋ ਇਨਸਾਨ ਆਪਣੇ 'ਤੇ ਮਜ਼ਾਕ ਲੈ ਲੇ, ਜੋ ਇਨਸਾਨ ਆਪਣੇ 'ਤੇ ਮਜ਼ਾਕ ਲੈ ਲੇ, ਇਨਸਾਨ ਤਾਂ ਉਹੀ ਵੱਡਾ ਕਿ ਨਹੀਂ? ਇਹ ਤੁਹਾਡੀ ਮੁਹੱਬਤ ਹੈ ਸਰ, ਤੁਸੀਂ ਇਸ ਨਜ਼ਰ ਨਾਲ ਦੇਖਦੇ ਹੋ ਕਾਫੀ ਨੈਗੇਟਿਵ ਕਮੈਂਟਸ। ਮੈਂ 2005 'ਚ ਗਿਆ ਸੀ ਜਦੋਂ ਦੂਸਰੀ ਵਾਰ ਪਾਕਿਸਤਾਨ, 2004 ਮੈਂ ਪਹਿਲੀ ਵਾਰ। ਅੱਛਾ ਉਰਦੂ 'ਚ ਕਰਨਾ ਹੈ ਜਾਂ ਪੰਜਾਬੀ 'ਚ ਕਰਨਾ ਹੈ ਜਾਂ ਅੰਗਰੇਜ਼ੀ ਵੀ ਕਰ ਸਕਦੇ ਹਾਂ? ਇਹ ਜਿਹੜੇ ਨੇ ਨਾ ਵੇਵਰ ਸਾਡੇ ਨੇ, ਕੈਨ ਯੂ ਸਾਈਨ ਇੰਗਲਿਸ਼ ਲੋਰੀਏ? ਨਹੀਂ ਇੰਗਲਿਸ਼ ਜ਼ਰਾ ਸਾਡੀ ਥੋੜਾ ਹੱਥ ਤੰਗ ਹੈ ਤੁਹਾਨੂੰ ਪਤਾ ਹੈ, ਹਾਂ, ਤੇ ਜ਼ਰਾ ਪੰਜਾਬੀ ਉਰਦੂ ਦੋਨੋਂ ਚੱਲਣਗੀਆਂ, ਇੰਗਲਿਸ਼ 'ਚ ਮੇਰਾ ਵੀ ਤੰਗ ਹੈ, ਤੁਸੀਂ ਕੁਛ ਕਹਿ ਜਾਣਾ ਤੇ ਮੇਰੇ ਇਧਰੋਂ ਨਿਕਲ ਕੇ ਤੇ ਸ਼ਾਰਜਾ ਪਹੁੰਚ ਜਾਣੀ। ਬਟ ਵੀ ਕੈਨ ਟ੍ਰਾਈ, ਬਟ ਤੁਸੀਂ ਆਸਟ੍ਰੇਲੀਅਨ ਦੇ ਨਾਲ ਕਰ, ਹੁਣ ਕੋਈ ਗੋਰੀ ਗੋਰੀ ਹੁੰਦੀ ਤੇ ਮੈਂ ਜ਼ੋਰ ਲਾ ਲੈਂਦਾ, ਹੁਣ ਮੇਰਾ ਇੰਨਾ ਦਿਮਾਗ ਨਹੀਂ, ਗੋਰੀ ਗੋਰੀ ਹੁੰਦੀ ਮੈਂ ਜ਼ੋਰ ਲਾ ਲੈਂਦਾ। ਚਲੋ ਖੈਰ, ਤੇ ਮੈਂ ਜੀ 2004 'ਚ ਖੈਰ ਮੈਂ ਪੂਰਾ ਟੂਰ ਕੀਤਾ ਸੀ, 2005 ਵਿੱਚ ਬਿਫੋਰ ਪਾਕਿਸਤਾਨ ਦੀ ਟੀਮ ਜਦੋਂ ਇੰਡੀਆ ਆਈ ਸੀ, ਉਸ ਤੋਂ ਪਹਿਲੇ ਇਹਨਾਂ ਦਾ ਕੈਂਪ ਲੱਗਿਆ ਸੀ ਲਾਹੌਰ ਜੀ, ਸੋ ਮੈਂ ਉਸ ਕੈਂਪ ਵਾਸਤੇ ਗਿਆ ਸੀ ਅੱਜ ਤੱਕ, ਤੋਂ ਇਕੱਲਾ ਹੀ ਗਿਆ ਸੀਗਾ ਮੈਂ, ਔਰ 5-6 ਦਿਨ ਦਾ ਕੈਂਪ ਸੀ, ਉਸ ਤੋਂ ਬਾਅਦ ਲਾਸਟ ਦਿਨ ਇਮਰਾਨ ਖਾਨ ਸਾਹਿਬ ਆਏ ਸੀਗੇ ਨੈਸ਼ਨਲ ਕ੍ਰਿਕਟ ਅਕੈਡਮੀ ਪਲੇਅਰਸ ਨੂੰ ਡਿਨਰ ਸਪੀਚ ਮਿਲਣ ਆਏ ਸੀ। ਹਾਂ ਜੀ, ਫਰਵਰੀ ਦਾ ਮਹੀਨਾ ਸੀ, ਹਲਕੀ ਹਲਕੀ ਠੰਡ ਵੀ ਸੀ, ਉਹਨਾਂ ਨੇ ਪਠਾਨੀ ਕਾਲੇ ਰੰਗ ਦਾ ਸੂਟ ਪਾਇਆ ਸੀ, ਅਤੇ ਜੀਓ 'ਚ ਸੀਗੇ ਸੋਹੇਲ ਇਮਰਾਨ, ਮੈਂ ਬਾਰ ਬਾਰ ਇਹ ਗੱਲ ਕਹਿ ਚੁੱਕਾ, ਔਰ ਸਾਕਿਬ ਵੀ ਸੀਗੇ, ਅਤੇ ਮੈਂ ਇਹਨਾਂ ਦੇ ਨਾਲ ਹੀ ਗਿਆ ਸੀ, ਸੋ ਮਚ ਸੋ ਕਿ ਜਦੋਂ ਮੈਂ ਦਿੱਲੀ ਤੋਂ ਜਾਣਾ ਸੀ ਅਤੇ ਮੈਨੂੰ ਉਹਨਾਂ ਨੇ ਜੀਓ ਵਾਲਿਆਂ ਨੇ ਕਿਹਾ ਜੀ ਨਹੀਂ ਤੁਸੀਂ ਬਿਨਾਂ ਕੈਮਰਾਮੈਨ ਤੋਂ ਆ ਜਾਓ, ਕੋਈ ਟੈਨਸ਼ਨ ਨਹੀਂ ਹੈ, ਅਸੀਂ ਹੈਗੇ ਹਾਂ, ਅਸੀਂ ਹੈਗੇ ਹਾਂ, ਅਸੀਂ ਤਾਂ ਮਹਿਮਾਨ ਨਵਾਜ਼ੀ ਦੇ ਤੇ ਓਬਵੀਅਸਲੀ ਯਾਰ ਇਮਰਾਨ ਖਾਨ ਦਾ ਇੰਟਰਵਿਊ ਬਹੁਤ ਵੱਡੀ ਚੀਜ਼ ਸੀ ਕਿਸੇ ਵੀ ਜਰਨਲਿਸਟ ਲਈ, ਅਤੇ ਮੇਰੇ ਹੱਥ ਪੈਰ ਕੰਬ ਰਹੇ ਉਹ ਰਾਤੀ ਨਾ 9-9:30 ਫਰੀ ਹੋਏ ਅਤੇ ਉਹ ਬਾਹਰ ਆਏ, ਬਾਹਰ ਆਏ ਪਾਕਿਸਤਾਨ ਦੀ ਮੀਡੀਆ ਵੀ ਸੀ, ਅਗਲੇ ਦਿਨ ਇੰਜ਼ਾਮ ਔਰ ਟੀਮ ਨੇ ਇੰਡੀਆ ਆਉਣਾ ਸੀ, ਅਤੇ ਇਮਰਾਨ ਖਾਨ ਆਏ, ਮੈਨੂੰ ਹਾਲੇ ਵੀ ਯਾਦ ਹੈ ਕਾਲੇ ਰੰਗ ਦਾ ਪਠਾਨੀ ਸੂਟ, ਔਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਮਰਾਨ ਭਾਈ ਮੈਂ ਇੰਡੀਆ ਸੇ ਆਇਆ ਹੂੰ ਔਰ ਮੈਂ ਆਪਕਾ ਮਤਲਬ ਆਈ ਵਿਲ ਬੀ ਵੈਰੀ ਹੈਪੀ ਅਗਰ, ਤਾਂ ਉਹਨਾਂ ਨੇ ਕਿਹਾ ਜੀ ਦੇਖੋ ਦੇਖੇ ਮੇਰੇ ਪਾਸ ਟਾਈਮ ਨਹੀਂ ਹੈ, ਉਹਨਾਂ ਕੋਲ ਪਜੇਰੋ ਹੁੰਦੀ ਸੀ, ਉਹ ਕਹਿੰਦੇ ਮੈਂ ਅਬ ਯਹਾਂ ਸੇ ਇਸਲਾਮਾਬਾਦ ਜਾਣਾ ਹੈ, ਐਸੇ ਬੋਲਦੇ ਨਾ, ਪੁਰਾਣਾ ਮਾਡਲ ਰੱਖਿਆ ਸੀ, 4 ਘੰਟੇ ਕੀ ਡਰਾਈਵ ਹੈ, ਉਹ ਮੈਂ ਲੇਟ ਹੋ ਜਾਊਂਗਾ, ਤਾਂ ਆਪ ਇਹ ਸਭ ਕੇ ਸਾਥ ਇਕੱਠੇ ਆ ਜਾਏ ਬਈ ਜੁਆਇੰਟ ਬਾਈਟਸ ਕਰ ਲਓ,
तो मैं फिर ट्राई, इंसान करता ही है, मैं क्या भाई, मैं इमरान भाई बड़ी दूर तो आया, नहीं ना, आप कम फ्रॉम इंडिया, 5 मिनट दे दीजिए, मैं ज़्यादा टाइम नहीं चाहिए। तो उन्होंने कहा यार मैं आपको 5 मिनट दूंगा, तो देखिए फिर ये अलग अलग ना, ये पाकिस्तान के भी तो सारे हैं, मैं इनको क्यों नहीं, फिर ये भी फिर मुझे अभी याद है सोहेल इमरान थे और भी बाकी थे, ऐसा नहीं है चैनल्स, सोहेल इमरान साहब ने लेकिन कहा, उन्होंने इमरान खान साहब को कहा कि कप्तान जी कहा, उन्होंने कहा कप्तान जी आप हमें भूल जाएं, आप इनको इंटरव्यू दे दें, ये इंडिया से आए हैं, आप इनको इंटरव्यू दे दें, आप हमें 2 मिनट जॉइंट बाइट्स भी दे देंगे तो चलेगा। तो साकिब ने वो मेरा इंटरव्यू शूट किया था। फिर 2006 में भी मुझे याद है जब हम लोग पाकिस्तान लास्ट टाइम आए थे, तब भी साकिब मेरे साथ थे, अशर जैदी होते थे, कमरान थे, फिर जब हम कराची गए तो नसीम भी थे, याया हुसैनी वगैरह, याया लाहौर में नहीं, हाँ याया कराची में, याया प्रोग्राम कर रहा था उस वक्त मैच, याया को मैं 2004 में पहली बार इंग्लैंड मिला था, इंग्लैंड मिले थे। वैसे इंडिया में भी इन्होंने हमारी भी बड़ी सपोर्ट की थी, हमारे साथ भी कुछ ऐसे मिसहैप हुए थे, बड़ा मजा आया इनके साथ बड़ी शुगल की। तो अब थोड़ी जी थोड़ा याद रहा थोड़े मैच के बारे में भी थोड़ी जी गल सुना दिए शायद मेरे नाल भी फन करोगे हैं नहीं मैं ना ताड़े तुसी साड़े गुरु हो, तो ये गुरु है हमारे, इनको मैं बड़ा देखता हूँ, इनके इंटरव्यू सुनता हूँ, बड़ा प्यार करते हैं, मुझे बड़ी खुशी होती है मैं साकिब का देखता हूँ, मुझे बड़ी खुशी होती है इनका काम देख।